ਜੇ ਤਾਂ ਪ੍ਰੋਗਰਾਮ ਵਧੀਆ ਲੱਗ ਰਿਹਾ ਆ ਫਿਰ ਦੋਨੋਂ ਹੱਥ ਉੱਪਰ ਖੜੇ ਕਰਕੇ ਚਕਾਰੇ ਦਾ ਜਵਾਬ ਪੂਰੇ ਜੋਸ਼ ਪਹੁੰਚਾਉਣਾ ਚਾਹੀਦਾ ਆ, ਕਿਉਂਕਿ ਅਸੀਂ ਵੀ ਤਕਰੀਬਨ 25 ਤਰੀਕ ਦੇ ਘਰੋਂ ਨਿਕਲੇ ਹਾਂ ਜੀ। ਦਿਨੇ ਕਿਤੇ ਪ੍ਰੋਗਰਾਮ ਹੁੰਦਾ, ਰਾਤ ਨੂੰ 4-5 ਕਿਲੋਮੀਟਰ ਚੱਲ ਕੇ ਸਫ਼ਰ ਕਰਕੇ ਫਿਰ ਪਰਫਾਰਮੈਂਸ ਕਰਨੀ ਪੈਂਦੀ ਆ। ਇਸ ਕਰਕੇ ਜਿੰਨੇ ਤੁਸੀਂ ਜੋਸ਼ ਨਾਲ ਚਕਾਰੇ ਦੀ ਜਵਾਬ ਦਿਓਗੇ ਉਨੇ ਜੋਸ਼ ਵਾਲੀ ਪਰਫਾਰਮੈਂਸ ਕਰਕੇ ਦਿਖਾਵਾਂਗੇ। ਆਓ ਇੱਕ ਵਾਰੀ, ਜੇ ਤਾਂ ਵਧੀਆ ਲੱਗ ਰਿਹਾ ਆ ਫਿਰ ਦੋਨੋਂ ਹੱਥ ਉੱਪਰ ਖੜੇ ਕਰਕੇ ਚਕਾਰੇ ਦਾ ਜਵਾਬ ਪੂਰੇ ਜੋਸ਼ ਵਿੱਚ ਦੇਵਿਓ ਜੀ। ਹਾਂਜੀ ਗੁਰੂ ਪਿਆਰੀ ਸਤਿਸੰਗ ਜੀ, ਜਿਵੇਂ ਤੁਹਾਨੂੰ ਦੱਸਿਆ ਇਸ ਗਰੁੱਪ ਦੇ ਨਾਮ 2 ਵਰਲਡ ਰਿਕਾਰਡ ਵੀ ਕੈਂਪ ਕੀਤੇ ਹਨ। ਇਹ ਸਾਡਾ ਪਹਿਲਾ ਵਰਲਡ ਰਿਕਾਰਡ ਸੀ ਜੋ ਕਿ ਅਸੀਂ ਅਮਰੀਕਾ ਦਾ ਰਿਕਾਰਡ ਤੋੜਿਆ ਸੀ 2016 ਵਿੱਚ। 1997 ਵਿੱਚ ਕਿਸੇ ਗੋਰੇ ਨੇ ਆਪਣੀਆਂ ਬਾਹਾਂ ਦੇ ਜ਼ੋਰ ਨਾਲ 4 ਮੋਟਰਸਾਈਕਲ 23 ਸੈਕਿੰਡ ਰੋਕੇ ਸੀ। ਉਹਦੇ ਜਵਾਬ ਵਿੱਚ 2016 ਵਿੱਚ ਦਲੇਰ ਖਾਲਸਾ ਗਰੁੱਪ ਨੇ 8 ਮੋਟਰਸਾਈਕਲ 56 ਸੈਕਿੰਡ ਰੋਕ ਕੇ ਉਹਦਾ ਵਰਲਡ ਰਿਕਾਰਡ ਤੋੜਿਆ ਤੇ ਆਪਣਾ ਨਾਮ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਦਰਜ ਕਰਵਾਇਆ। ਥੋੜਾ ਜਿਹਾ ਤੁਹਾਨੂੰ ਟਰੈਕਰ ਦਿਖਾ ਲੱਗੇ ਆ ਜੀ। ਹੁਣ ਕਈ ਵੀਰ ਦੂਜੀਆਂ ਤੀਜੀਆਂ ਟੀਮਾਂ ਵਾਲੇ ਕਮੈਂਟਾਂ ਵਿੱਚ ਲੜੀ ਜਾਂਦੇ ਆ ਕਿ ਅਸੀਂ 12 ਮੋਟਰ ਰੋਕੇ ਹੋ, 14 ਰੋਕੇ ਹੋ। ਭਾਈ ਜੇ ਰੋਕੇ ਹੋ ਵੀਡੀਓ ਤਾਂ ਪਾਓ, ਜੇ ਤੁਸੀਂ ਰੋਕੇ ਹੋ ਤਾਂ ਵੀਡੀਓ ਤਾਂ ਪਾਓ। ਗੁਰੂ ਸਾਹਿਬ ਕਿਰਪਾ ਕਰ ਜੀ, ਜੁਲਾਈ ਵਿੱਚ ਏਸ਼ੀਆ ਬੁੱਕ ਆਫ ਰਿਕਾਰਡ ਵਿੱਚ ਸੁੱਖਾ ਬਾਬਾ ਜੀ, ਤੁਸੀਂ ਸਾਰੇ ਜਾਣਦੇ ਆ ਵੀਰ ਨੂੰ ਕਿਉਂਕਿ ਅਕਸਰ ਇੰਟਰਵਿਊ ਚੱਲਦੀਆਂ ਰਹਿੰਦੀਆਂ ਆ। ਸਾਈਲੈਂਟ ਕਰੋ ਯਾਰ, ਕਿਉਂ ਕਰੀ ਜਾਂਦੇ, ਕੀ ਹੋਇਆ? ਇੰਟਰਵਿਊ ਚੱਲਦੀਆਂ ਰਹਿੰਦੀਆਂ ਜੀ। ਜਿਹੜੇ ਮੀਡੀਆ ਦੇ ਵੀਰ ਆ ਉਹਨਾਂ ਦਾ ਵੀਰ ਨੂੰ ਰਸ਼ੀਅਨ ਟੈਂਕ ਦਾ ਅਵਾਰਡ ਦੇਤਾ ਜੀ, 7.5 ਫੁੱਟ ਹਾਈਟ ਵੀਰ ਦੀ। ਤੇ ਜੁਲਾਈ ਮਹੀਨੇ ਵਿੱਚ ਏਸ਼ੀਆ ਬੁੱਕ ਆਫ ਰਿਕਾਰਡ ਵਿੱਚ ਨਾਮ ਦਰਜ ਕਰਵਾਉਣਾ ਸੀ 14 ਮੋਟਰਸਾਈਕਲ ਰੋਕ ਕੇ, ਪਰ ਰਿਕਾਰਡ ਬਣਾਉਣ ਤੋਂ 3 ਦਿਨ ਪਹਿਲਾਂ ਐਕਸੀਡੈਂਟ ਹੋ ਗਿਆ ਸੀ, ਚੇਤਾ ਪਈਆਂ ਆ। 1 ਸਾਲ ਰੈਸਟ ਦਿੱਤੀ ਗਈ ਆ, ਪਰ ਦਲੇਰ ਖਾਲਸਾ ਗਰੁੱਪ ਦਾ ਤੁਹਾਡੇ ਨਾਲ ਵਾਅਦਾ ਆ, ਜੇ ਅਗਲੇ ਸਾਲ ਸਾਨੂੰ ਬੁਲਾਇਆ ਇਸੇ ਚੌਂਕ 'ਚ 14 ਮੋਟਰਸਾਈਕਲ 2 ਆਟੋ ਗੱਡੀਆਂ ਖਿੱਚ ਕੇ ਦਿਖਾਊਗਾ ਵੀਰ। ਆਓ ਜੀ ਇੱਕ ਵਾਰੀ, ਸਿੰਘ ਦੇ ਹੌਸਲਾ ਬਜਾਏ ਨੀ, ਹੁਣ ਚਕਾਰਾ ਤੁਸੀਂ ਛੱਡਣਾ, ਜਵਾਬ ਅਸੀਂ ਦੇਵਾਂਗੇ।